ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਤੁਸੀਂ ਆਪਣੇ ਸੇਵਕਾਂ ਦੀ ਹਮੇਸ਼ਾ ਲਾਜ ਰੱਖਦੇ ਆਇਓ, ਭੁੱਲੇ ਪਟਕਿਆਂ ਨੂੰ ਆਪਣੇ ਨਾਲ ਜੋੜਨਾ। ਪਵਿੱਤਰ ਸਿੰਘ ਨੇ ਗੁਰੂ ਘਰ ਦੀ ਹੋਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰ ਰੋਜ਼ ਝਾੜੂ ਦੀ ਸੇਵਾ ਕਰਦਾ, ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਦੀ ਸੇਵਾ ਕਰਦਾ, ਜੋੜਾ ਘਰ 'ਚ ਜੋੜਿਆਂ ਦੀ ਸੇਵਾ ਕਰਕੇ ਜੋੜਿਆਂ 'ਚੋਂ ਨਿਕਲੀ ਧੂੜ ਨੂੰ ਇਕੱਠਾ ਕਰਕੇ ਪੁੜੀਆਂ ਬਣਾ ਕੇ ਉਹਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਜੋਦੜੀ ਕੀਤੀ ਅਤੇ ਉਹ ਪਖੰਡੀ ਬਾਬੇ ਦੀਆਂ ਪੁੜੀਆਂ ਨਾਲ ਇਹ ਪੁੜੀਆਂ ਬਦਲਾ ਦਿੱਤੀਆਂ। ਅੱਜ ਪਵਿੱਤਰ ਸਿੰਘ ਦੇ ਘਰ ਜੋ ਔਲਾਦ ਹੈ ਉਹ ਦਸਾਂ ਗੁਰੂਆਂ ਦੀ ਕਿਰਪਾ ਸਦਕਾ ਹੀ ਹੈ। ਪਖੰਡੀ ਬਾਬੇ ਦੀਆਂ ਪੁੜੀਆਂ ਨੇ ਤਾਂ ਹਰਿਆਂ ਨੂੰ ਵੀ ਸੁਕਾ ਕੇ ਰੱਖ ਦਿੱਤਾ, ਔਲਾਦ ਪ੍ਰਾਪਤੀ ਦੀ ਗੱਲ ਤਾਂ ਦੂਰ ਹੀ ਰਹੀ।